ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾ ਕੇ ਪੰਜਾਬ ਦੀ ਸੱਤਾ ਵਿੱਚ ਆਏ ਸਨ, ਪਰ ਅੱਜ ਕੱਲ੍ਹ ਉਹਨਾਂ 'ਤੇ ਹੀ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਣ ਦੇ ਦੋਸ਼ ਲੱਗੇ ਨੇ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 1,000 ਕਰੋੜ ਰੁਪਏ ਦੀ ਡਰੱਗ ਫੜੀ ਗਈ ਹੈ। ਉਸ 'ਤੇ ਬਿਆਨ ਦਿੰਦੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਪੇਟੇ ਵਿੱਚ ਲਿਆ ਹੈ। ਦਰਅਸਲ ਸਿਮਰਜੀਤ ਸਿੰਘ ਬੈਂਸ ਨੇ ਅੰਮ੍ਰਿਤਸਰ ਤੋਂ 1,000 ਕਰੋੜ ਰੁਪਏ ਦੀ ਬਰਾਮਦ ਹੋਈ ਹੈਰਨ ਜੋ ਕਿ ਅਣਬਨ ਮਸੀਹ ਦੀ ਕੋਠੀ ਵਿੱਚੋਂ ਫੜੀ ਗਈ ਸੀ। ਉਸ 'ਤੇ ਭਗੌੜਾ ਹੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਰੱਖੀ ਅਤੇ ਉਸ ਦੇ ਵਿੱਚ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਦੋਸ਼ੀ ਠਹਿਰਾਇਆ। ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਅਨਬਰ ਮਸੀਹ ਅਤੇ ਬਿਕਰਮ ਸਿੰਘ ਮਜੀਠੀਆ ਨੇ ਨਜ਼ਦੀਕੀਆਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਜੱਗ ਜ਼ਾਹਰ ਕੀਤਾ ਸੀ। ਸਭ ਕੁਝ ਜਾਣਦੇ ਹੋਏ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਕਹਿਣ 'ਤੇ ਅਨਬਰ ਮਸੀਹ ਨੂੰ ਰਿਹਾਅ ਕਰ ਦਿੱਤਾ ਅਤੇ ਰਿਹਾਅ ਹੋਣ ਤੋਂ ਬਾਅਦ ਅਨਬਰ ਮਸੀਹ ਆਪਣੇ ਪਰਿਵਾਰ ਸਮੇਤ ਭਗੌੜਾ ਹੋ ਚੁੱਕਿਆ ਹੈ। ਇੱਥੇ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਾਮ ਮਿਲ ਗਏ ਨੇ ਅਤੇ ਪੰਜਾਬ ਵਿੱਚ ਜੋ ਵੀ ਨਸ਼ਾ ਤਸਕਰੀ ਹੁੰਦੀ ਹੈ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ 'ਤੇ ਭਾਈਵਾਲ ਬਣਦੇ ਦਿਖਾਈ ਦਿੰਦੇ ਨੇ। ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਦੋਹਾਂ ਲੀਡਰਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਸਿੰਘ ਮਜੀਠੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਵਿੱਚ 1,000 ਕਰੋੜ ਰੁਪਈਏ ਦੀ ਮਾਰਕੀਟ ਵੈਲਿਊ ਦੀ ਹੀਰੋਇਨ STF ਨੇ ਪਕੜੀ, ਜਿਹਦੇ ਵਿੱਚ ਅਨਬਰ ਮਸੀਹ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਨਾਮ ਸਾਹਮਣੇ ਆਏ। ਅਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਅਫਸਰ ਹਮੇਸ਼ਾ ਇਸ ਗੱਲ ਲਈ ਬੜੀ ਚਰਚਾ ਦਾ ਵਿਸ਼ਾ, ਇਕੱਲੇ ਪੰਜਾਬ 'ਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਅੰਦਰ ਇੱਕ ਚਰਚਾ ਦਾ ਵਿਸ਼ਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2017 ਦੀ ਵਿਧਾਨ ਸਭਾ ਚੋਣ ਮੌਕੇ, ਅਸੈਂਬਲੀ ਦੀ ਇਲੈਕਸ਼ਨ ਮੌਕੇ ਹੱਥ ਦੇ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਕਿ ਮੈਂ ਪੰਜਾਬ ਦੇ ਵਿੱਚ 4 ਹਫ਼ਤਿਆਂ ਦੇ ਅੰਦਰ ਅੰਦਰ ਨਸ਼ਾ ਖਤਮ ਕਰ ਦੂੰ, ਪੰਜਾਬ ਨੂੰ ਨਸ਼ਾ ਮੁਕਤ ਕਰ ਦੂੰਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕਣਾ, ਕਿਉਂਕਿ ਪੰਜਾਬੀ ਧਰਮੀ ਲੋਕ ਆ, ਦੇਵੀ ਦੇਵਤੇ ਗੁਰੂ ਪੀਰਾਂ ਪੈਗੰਬਰਾਂ ਨੂੰ ਮੰਨਣ ਵਾਲੇ ਲੋਕ, ਗੁਰੂਆਂ ਪੀਰਾਂ ਦੀ ਧਰਤੀ ਦੇ ਵਾਰਿਸ ਲੋਕ ਯਕੀਨ ਕਰ ਗਏ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੀ ਇਹ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰੂਗਾ। ਨਸ਼ਾ ਵੇਚਣ ਵਾਲੇ ਜਿਹੜੇ ਵੱਡੇ ਤਸਕਰ ਹੈਗੇ ਆ, ਉਹਨਾਂ ਤਸਕਰਾਂ ਨੂੰ ਕਾਨੂੰਨੀ ਸ਼ਿਕੰਜੇ ਦੇ ਵਿੱਚ ਲਿਆ ਕੇ ਅਦਾਲਤਾਂ ਦੇ ਕਟਹਿਰੇ 'ਚ ਖੜਾ ਕੇ ਸਜਾਵਾਂ ਕਰਵਾਏਗਾ ਕੈਪਟਨ ਅਮਰਿੰਦਰ ਸਿੰਘ। ਲੋਕਾਂ ਨੇ ਯਕੀਨ ਕੀਤਾ ਕੈਪਟਨ ਸਾਹਿਬ ਦੇ ਉੱਤੇ, ਪਰ ਅਫਸੋਸ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਤੋਂ ਬਾਅਦ ਹੱਥ ਦੇ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਖਾਧੀ ਹੋਈ ਸਹੁੰ ਤੋਂ ਮੁਨਕਰ ਹੋ ਗਏ, ਪੰਜਾਬ ਦੇ ਅੰਦਰ ਹਾਲਾਤ ਵੱਧ ਤੋਂ ਬਦਤਰ ਬਣ ਗਏ। ਇਹ ਤਾਂ ਸਾਰੇ ਲੋਕਾਂ ਨੂੰ ਪਤਾ ਕਿ 10 ਸਾਲ ਦੇ ਅਰਸੇ ਦੇ ਵਿੱਚ ਚਿੱਟੇ ਦੀ ਗੰਦਗੀ ਦਾ ਬੂਟਾ ਪੰਜਾਬ ਦੇ ਅੰਦਰ ਬਾਦਲ ਦੀ ਸਰਕਾਰ ਵੱਲੋਂ ਲੱਗਿਆ। ਬਾਦਲ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਲੋਕਾਂ ਦੇ ਸ਼ੱਕ ਦੀਆਂ ਸੂਈਆਂ, ਸ਼ੱਕ ਦੀਆਂ ਨਿਗਾਵਾਂ, ਇੱਥੋਂ ਤੱਕ ਕਿ ਲੋਕ ਸਲੋਗਨ ਬਣ ਗਏ, ਬੱਚਾ ਬੱਚਾ ਬੋਲਦਾ, ਮਜੀਠੀਆ ਚਿੱਟਾ ਤੋਲਦਾ। ਔਰ ਉਸ ਤੋਂ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਬਣਨ ਤੋਂ ਬਾਅਦ STF ਦਾ ਗਠਨ ਕਰਦੇ ਆ ਕੈਪਟਨ ਸਾਹਿਬ। STF ਦਾ ਗਠਨ ਹੁੰਦਾ, ਹਰਪ੍ਰੀਤ ਸਿੱਧੂ ਕਮਾਨਦਾਰ IPS ਅਧਿਕਾਰੀ ਉਹਦਾ ਮੁਖੀ ਲਾਇਆ ਜਾਂਦਾ ਅਤੇ ਉਹ DGP ਨੂੰ ਰਿਪੋਰਟ ਨਹੀਂ ਕਰੇਗਾ, ਉਹ ਸਿੱਧਾ ਡਾਇਰੈਕਟ ਟੂ CM ਕੀਤਾ ਗਿਆ ਕਿ ਇਹ ਹਰਪ੍ਰੀਤ ਸਿੱਧੂ STF ਦਾ ਚੀਫ ਸਿੱਧਾ ਮੁੱਖ ਮੰਤਰੀ ਨੂੰ ਜਵਾਬਦੇਹ ਹੋਏਗਾ। ਰਸਤੇ ਦੇ ਵਿੱਚ ਕੋਈ ਹੋਰ ਅਫਸਰ ਨਹੀਂ ਗਾ, ਕੋਈ DGP, ਕੋਈ ਦੂਜਾ ਤੀਜਾ ਅਧਿਕਾਰੀ ਨਹੀਂ। ਪਰ ਚੰਦ ਮਹੀਨਿਆਂ ਬਾਅਦ ਜਦੋਂ ਹਰਪ੍ਰੀਤ ਸਿੰਘ ਸਿੱਧੂ ਨੇ STF ਨੇ ਉਹਨਾਂ ਲੋਕਾਂ ਦੇ ਗਿਰੇਵਾਨ ਨੂੰ ਹੱਥ ਪਾਇਆ ਜਿਹੜਾ ਚਿੱਟਾ ਵੇਚਣ ਵਾਲੇ ਲੋਕਾਂ ਦੇ ਸਰਗਣੇ ਸਨ, ਚਿੱਟਾ ਵੇਚਣ ਵਾਲੇ ਵਪਾਰੀਆਂ ਦੇ ਸਰਦਾਰ ਸਨ, ਹਲਚਲ ਪੈਦਾ ਹੋ ਗਈ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਜਿਹੜੀ ਸ਼ੱਕ ਸੀਗੀ ਕਿ ਸਾਰਾ ਕੁਛ ਜਿਹੜੀ ਹੱਥ ਦੇ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਖਾਧੀ ਸਹੁੰ ਬਾਦਲਾਂ ਦੇ ਨਾਲ ਸੰਧੀ ਅਤੇ ਸਹੁੰ ਦਾ ਕੋਈ ਮਾਣਾ ਨਹੀਂ ਰਹਿਣਾ, ਅਤੇ ਪਹਿਲੀ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹਰਪ੍ਰੀਤ ਸਿੱਧੂ ਦੀਆਂ ਪਾਵਰਾਂ ਦੇ ਵਿੱਚ ਕੈਂਚੀ ਚਲਾਈ, ਉਹਦੇ ਪਰ ਕੁਤਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ CM ਨੂੰ ਡਾਇਰੈਕਟ ਰਿਪੋਰਟ ਸੀ ਕੱਟ ਕੇ ਉਹਨੂੰ DGP ਉਸ ਵੇਲੇ ਦੇ ਸੁਰੇਸ਼ ਅਰੋੜਾ ਦੇ ਥੱਲੇ ਲਾ ਤਾ, ਜਦਕਿ ਸੁਰੇਸ਼ ਅਰੋੜਾ ਸਾਹਿਬ ਤਾਂ ਖੁਦ ਚਟੋਪਾਧਿਆ ਕਮੇਟੀ ਬਣੀ ਅਤੇ ਉਹਨਾਂ ਦੇ ਉੱਤੇ ਉਸ ਕਮੇਟੀ ਦੇ ਵਿੱਚ ਜਿਹੜੀਆਂ ਮੀਡੀਆ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਉੱਤੇ ਉਂਗਲਾਂ, ਸੁਰੇਸ਼ ਅਰੋੜਾ ਜੀ ਦੇ ਉੱਤੇ ਉਂਗਲਾਂ। ਪਰ ਅਫਸੋਸ, ਕੈਪਟਨ ਅਮਰਿੰਦਰ ਸਿੰਘ ਕਿਹੜੇ ਦਬਾਅ ਦੇ ਵਿੱਚ ਹੈਗੇ ਆ? ਕੈਪਟਨ ਅਮਰਿੰਦਰ ਸਿੰਘ ਕਿਉਂ ਮਜੀਠੀਆ ਨੂੰ ਬਚਾਉਣਾ ਚਾਹੁੰਦੇ ਆ?
ਹੋਇਆ। ਅੰਤ ਨੂੰ ਐਸ ਟੀ ਐਫ ਦੇ ਹਰਪ੍ਰੀਤ ਸਿੱਧੂ ਐਸ ਟੀ ਐਫ ਦੀ ਇੱਕ ਰਿਪੋਰਟ ਉਸ ਵੇਲੇ ਦੇ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਦੇ ਹੱਥ ਲੱਗਦੀ ਹੈ। ਉਹ ਰਿਪੋਰਟ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਸਾਹਮਣੇ ਪੜ੍ਹ ਕੇ ਸੁਣਾਉਂਦੇ ਆ, ਜਿਹਦੇ ਵਿੱਚ ਵਿਕਰਮ ਮਜੀਠੀਏ ਦੇ ਨਾਮ ਚਿੱਟਾ ਵੇਚਣ ਵਾਲੇ ਲੋਕਾਂ ਦੇ ਸਰਦਾਰਾਂ ਵਜੋਂ ਲਿਖਿਆ ਹੋਇਆ। ਇਸ ਘਟਨਾਕ੍ਰਮ ਤੋਂ ਬਾਅਦ ਜਦੋਂ ਵਿਕਰਮ ਮਜੀਠੀਏ ਦਾ ਨਾਮ ਆਉਂਦਾ ਤੇ ਹਰਪ੍ਰੀਤ ਸਿੱਧੂ ਦੀਆਂ ਪਾਵਰਾਂ ਦੇ ਉੱਤੇ ਕੈਂਚੀ ਚੱਲਦੀ ਹੈ, ਨੰਬਰ 1। ਫਿਰ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਚੱਟੋਪਾਧਿਆ ਕਮੇਟੀ ਬਣਦੀ ਹੈ, ਬੜਾ ਕੁਛ ਹੁੰਦਾ ਹੈ। ਚੱਟੋਪਾਧਿਆ ਦਾ ਜਿਹੜਾ ਅਕਸ ਹੈਗਾ ਇਮਾਨਦਾਰ ਅਫਸਰ ਵਜੋਂ, ਉਹਨੂੰ ਦਬਾਉਣ ਵਾਸਤੇ ਬੜਾ ਕੁਛ ਚਾਰਾਜੋਈ ਹੁੰਦੀ ਹੈ ਅਤੇ ਉਹ ਰਿਪੋਰਟ ਜਿਹੜੀ ਚੱਟੋਪਾਧਿਆ ਕਮੇਟੀ ਤਿਆਰ ਕਰਦੀ ਹੈ, ਜਿਹਦੇ ਵਿੱਚ ਚਿੱਟਾ ਵੇਚਣ ਵਾਲੇ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਰਾਜਨੀਤਿਕ ਅਤੇ ਅਫਸਰਸ਼ਾਹੀ ਦੇ ਨਾਮ ਹੈਗੇ ਆ, ਉਹ ਲਿਫਾਫਾਬੰਦ ਹਾਈਕੋਰਟ ਦੇ ਵਿੱਚ ਜਾਂਦੀ ਹੈ। ਅਤੇ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਾਈਕੋਰਟ ਦੇ ਵਿੱਚ ਐਡਵੋਕੇਟ ਜਨਰਲ ਜਾਂ ਆਪਣੀ ਸਰਕਾਰੀ ਵਕੀਲਾਂ ਦੀ ਫੌਜ, ਜਿਨ੍ਹਾਂ ਨੂੰ ਕਰੋੜਾਂ ਰੁਪਈਆ ਮਹੀਨੇ ਦਾ ਤਨਖਾਹਾਂ ਅਤੇ ਦੂਜੇ ਭੱਤਿਆਂ ਦੇ ਰੂਪ 'ਚ ਜਾ ਰਿਹਾ, ਉੱਥੇ ਜਾ ਕੇ ਹਾਈਕੋਰਟ ਦੇ ਚੀਫ ਜਸਟਿਸ ਸਾਹਮਣੇ ਇਹ ਬੇਨਤੀ ਲਾਉਣ ਦੀ ਉਪਰਾਲਾ ਨਹੀਂ ਕੀਤਾ ਵੀ ਭਾਈ ਉਹ ਰਿਪੋਰਟ ਖੋਲ੍ਹ ਲਓ ਤਾਂ ਕਿ ਅਸਲ ਦੋਸ਼ੀ ਫੜੇ ਜਾਣ, ਅਸਲ ਚਿੱਟਾ ਵੇਚਣ ਵਾਲੇ ਲੋਕਾਂ ਦੇ ਸਰਦਾਰ ਜਿਹੜੇ ਹੈਗੇ ਆ, ਵੱਡੇ ਮਗਰਮੱਛ ਹੈਗੇ ਆ, ਉਹਨਾਂ ਦਾ ਚਿਹਰਾ ਬੇਨਕਾਬ ਹੋਵੇ, ਉਹਨਾਂ ਨੂੰ ਕਟਹਿਰੇ 'ਚ ਖੜਾ ਕੇ ਉਹਨਾਂ ਨੂੰ ਸਜ਼ਾਵਾਂ ਦਵਾਉਣ ਵਾਸਤੇ ਪ੍ਰਬੰਧ ਕੀਤੇ ਜਾ ਸਕਣ। ਹੁਣ ਅਨਵਰ ਮਸੀਹ ਪੁਲਿਸ ਨੇ ਗ੍ਰਿਫਤਾਰ ਕੀਤਾ ਦੂਜੇ ਲੋਕਾਂ ਦੇ ਨਾਲ, ਮੀਡੀਆ ਦੇ ਵਿੱਚ ਰਿਪੋਰਟਾਂ ਆਈਆਂ ਵੀ ਅਨਵਰ ਮਸੀਹ ਫੜ ਲਿਆ, ਅਤੇ ਅਨਵਰ ਮਸੀਹ ਨੂੰ ਕਿਹਦੇ ਕਹਿਣ ਦੇ ਉੱਤੇ ਛੱਡਿਆ ਗਿਆ? ਅਨਵਰ ਮਸੀਹ ਦੀ ਗ੍ਰਿਫਤਾਰੀ 1,000 ਕਰੋੜ ਰੁਪਈਆ ਚਿੱਟਾ, ਮੈਂ ਪਿਛਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਅਨਵਰ ਮਸੀਹ ਅਤੇ ਵਿਕਰਮ ਮਜੀਠੀਏ ਦੀਆਂ ਫੋਟੋਆਂ ਤੁਹਾਡੇ ਜ਼ਰੀਏ ਲੋਕਾਂ ਕੋਲ ਭੇਜੀਆਂ ਕਿ ਇਹਨਾਂ ਦੇ ਆਪਸ ਦੇ ਵਿੱਚ ਗੂੜੇ ਸੰਬੰਧ ਹੈਗੇ ਆ, ਇਹਨਾਂ ਦੇ ਗੂੜੇ ਸੰਬੰਧ, ਜਿਹੜਾ ਚਿੱਟਾ ਵੇਚਣ ਵਾਲੀ ਬਣਾਉਣ ਵਾਲੀ ਫੈਕਟਰੀ ਅੰਮ੍ਰਿਤਸਰ ਦੇ ਵਿੱਚ 1,000 ਕਰੋੜ ਰੁਪਏ ਦੀ ਕਰੀਬ ਦਾ ਚਿੱਟਾ ਇੱਥੋਂ ਫੜਿਆ ਗਿਆ, ਇਹਨਾਂ ਦੇ ਸੰਬੰਧਾਂ ਦੀ ਛਾਣਬੀਣ ਹੋਣੀ ਚਾਹੀਦੀ ਹੈ। ਇਹ ਇਕੱਲਾ ਅਨਵਰ ਮਸੀਹ ਦਾ ਕੰਮ ਨਹੀਂ ਹੋ ਸਕਦਾ, ਇਹਦੇ ਵਿੱਚ ਮਜੀਠੀਆਨ ਕੰਪਨੀ ਵੀ ਸ਼ਾਮਿਲ ਹੋ ਸਕਦੀ ਹੈ, ਕਿਉਂਕਿ ਜਿੰਨੀ ਨੇੜਤਾ ਦੋਨਾਂ ਦੀ ਆਪਸ ਦੇ ਵਿੱਚ ਹੈ। ਇੱਕ ਪਾਸੇ ਪੁਲਿਸ ਅਨਵਰ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਦੂਜੇ ਪਾਸੇ ਅਨਵਰ ਕਿਹਦੇ ਇਸ਼ਾਰਿਆਂ 'ਤੇ ਛੱਡਿਆ ਜਾਂਦਾ? ਅਤੇ ਅੱਜ ਜਿਹੜੀਆਂ ਤਾਜ਼ੀਆਂ ਖਬਰਾਂ ਨੇ, ਅਨਵਰ ਮਸੀਹ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ। ਜਿਹੜੀ ਸ਼ੰਕਾ ਮੈਂ ਜ਼ਾਹਰ ਕੀਤੀ ਸੀ ਉਹ ਸੱਚੀ ਹੈ, ਇਸ ਗੱਲ ਤੋਂ ਪੁਖਤਾ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਅਨਵਰ ਮਸੀਹ ਜਿਹੜਾ ਫਰਾਰ ਹੋਇਆ, ਪਹਿਲਾ ਨੰਬਰ ਕੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਕੀ ਮਜਬੂਰੀ ਸੀ, ਕਿਉਂ ਛੁਡਾਇਆ ਗਿਆ? ਉਹ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ, ਉਹ ਵਿਕਰਮ ਮਜੀਠੀਏ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਦੇ ਤਹਿਤ ਲੱਗਦਾ ਹੈ ਇੱਦਾਂ ਕਿ ਵਿਕਰਮ ਮਜੀਠੀਆ ਕੈਪਟਨ ਅਮਰਿੰਦਰ ਸਿੰਘ ਕੋਲ, ਅਤੇ ਕੈਪਟਨ ਅਮਰਿੰਦਰ ਸਿੰਘ ਹੁਕਮ ਕਰਦੇ ਆ ਇੱਕ ਫੜੇ ਹੋਏ 1,000 ਕਰੋੜ ਰੁਪਈਏ ਦਾ ਜਿੱਥੋਂ ਚਿੱਟਾ ਬਰਾਮਦ ਹੋਇਆ ਹੋਵੇ ਫੜੇ ਗਏ ਮੁੱਖ ਦੋਸ਼ੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ ਤੋਂ ਬਿਨਾਂ ਰਿਹਾਅ ਨਹੀਂ ਕੀਤਾ ਜਾ ਸਕਦਾ। ਸੋ ਰਿਹਾਅ ਹੋ ਗਿਆ ਅਤੇ ਹੁਣ ਕੀ ਹੋ ਰਿਹਾ? ਆਪਣੇ ਟੱਬਰ ਸਮੇਤ ਅਨਵਰ ਮਸੀਹ ਭਗੌੜਾ ਹੋ ਜਾਣਾ, ਜੇ ਪੁਲਿਸ ਦੇ ਕੋਲੇ ਰਹਿੰਦਾ ਤੇ ਤਾਰਾਂ ਦੇ ਕਨੈਕਸ਼ਨ ਪਤਾ ਲੱਗਣੇ ਸੀ ਵੀ ਇਹ ਵਿਕਰਮ ਮਜੀਠੀਏ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਰਾਜਨੀਤਿਕ ਲੀਡਰ ਤੇ ਕਿਹੜੇ ਕਿਹੜੇ ਉਹ ਚੌਧਿਆਂ ਤੇ ਬਿਰਾਜਮਾਨ ਬਿਊਰੋਕਰੇਟਸ ਅਫਸਰਸ਼ਾਹੀ ਸ਼ਾਮਿਲ ਹੈਗੀ ਆ। ਹੁਣ ਪੁਲਿਸ ਕਹਿੰਦੀ ਆ ਵੀ ਅਸੀਂ ਉਹਨੂੰ ਇੱਕ ਨੋਟਿਸ ਕੱਢ ਰਹੇ ਹਾਂ। ਇਹ ਤਾਂ ਇਹ ਹੋ ਗਿਆ ਨਾ ਵੀ ਹੱਥ 'ਚ ਆਇਆ ਹੈ ਕਬੂਤਰ ਛੱਡ ਦਿਓ, ਹੱਥ 'ਚ ਆਈ ਚਿੜੀ ਛੱਡ ਕੇ ਅਤੇ ਉੜਦੀ ਚਿੜੀ ਦੇ ਮਗਰ ਲੱਗ ਜਾਓ। ਹੁਣ ਜਦੋਂ ਪਰਿਵਾਰ ਸਮੇਤ ਅਨਵਰ ਮਸੀਹ ਫਰਾਰ ਹੋ ਗਿਆ ਅਤੇ ਅੱਜ ਪੁਲਿਸ ਕਹਿੰਦੀ ਹੈ ਕਿ ਅਸੀਂ ਉਹਨੂੰ ਨੋਟਿਸ ਕੱਢਣਾ ਹੈ। ਸੋ ਇਹ ਕੈਪਟਨ ਅਮਰਿੰਦਰ ਸਿੰਘ ਦੀ ਦੋਗਲੀ ਪਾਲਿਸੀ, ਕੈਪਟਨ ਅਮਰਿੰਦਰ ਸਿੰਘ ਦੀ ਉਹ ਪਾਲਿਸੀ ਜਿਹੜੀ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਦੇ ਉੱਤੇ ਡਾਂਗ ਭਰਾ ਰਹੀ ਹੈ, ਜਿਹੜੀ ਨਸ਼ਾ ਕਰਨ ਵਾਲੇ ਬੇਕਸੂਰ ਨਸ਼ੇ ਦੀ ਆਦੀ ਹੋ ਚੁੱਕੇ ਅੱਧੀ ਗ੍ਰਾਮੀ ਵਾਲੇ ਨੌਜਵਾਨਾਂ ਨੂੰ ਫੜ ਫੜ FIR ਦਰਜ ਕਰਕੇ ਜੇਲ੍ਹਾਂ ਦੇ ਅੰਦਰ ਸੁੱਟ ਰਹੀ ਹੈ, ਅਤੇ ਦੂਜੇ ਪਾਸੇ ਅਸਲ ਦੇ ਵਿੱਚ ਪੰਜਾਬ ਦੇ ਅੰਦਰ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਵੱਡੇ ਮਗਰਮੱਛ, ਇਹਨਾਂ ਦੀ ਸਰਪ੍ਰਸਤੀ ਹੇਠ ਜਿਹੜੇ ਆ ਉਹ ਪੁਲਿਸ ਦੇ ਵਿੱਚੋਂ ਰਿਹਾਅ ਕੀਤੇ ਜਾ ਰਹੇ ਆ। ਸੋ ਇਹਦੀ ਜਾਂਚ ਕੈਪਟਨ ਅਮਰਿੰਦਰ ਸਿੰਘ ਜੇ ਸੱਚਮੁੱਚ ਨਸ਼ਿਆਂ ਦੇ ਵਰਖਿਲਾਫ ਆਪਣੀ ਸਹੁੰ ਦੇ ਉੱਤੇ ਪੂਰੇ ਅਤੇ ਉਹ ਤੁਰੰਤ
अनवर मसीह की गिरफ्तारी करके जिहड़ा उहदा संबंध गूढ़े संबंध बिक्रम जीठिया ते दूजे तीजे लोगों के नाल हैगे आ उन्हां दा चेहरा बेनकाब करके उन्हां नूं चार्ज करन अदालतों के लैके जान ता जो पंजाब के अंदरों किंग पिन लोग जिहड़े पंजाब के अंदर चिट्टा लैके आउण वाले लोग जिहड़े पंजाब के अंदर खरबा रुपये का चिट्टे का कारोबार करते हैं उन्हां नूं कानूनी कटहरे के खड़ा के अदालती कटहरे से खड़ा के सजावं मिलन ते पंजाब नशा मुक्त हो सके पर इस गल की उम्मीद घट है। सो असी तां इस गल केंद्र सरकार नूं भी अपील करते हैं इसका केंद्र नूं भी कहने भी भाई तुसी दखल अंदाजी कर लो जदों तुहानूं पता है कि कैप्टन अमरिंदर सिंह की मजबूरी है बादलों के नाल संधि है बादलों की संधि की एक शर्त यह भी है कि बिक्रम मजीठिए चिट्टे दे केसों तो बचा के रखना उन्हें सेक नहीं लगन देना पर अफसोस कि केंद्र सरकार भी इस हमाम दे विच पाक साफ नहीं क्योंकि ईडी ने निरंजन सिंह हुणा वाला केस बिक्रम मजीठिए चार्ज किया तो अज तक ईडी की फाइल भी बंद पई है उत्ते भी धूड़ चढ़ी हुई है। सो पंजाब के अंदर अज ब्यूरोक्रेसी ते सत्ताधारी लोग ये जग जाहिर हो गई गल कि ब्यूरोक्रेसी ते सत्ताधारी लोग रल के पंजाब दे अंदर चिट्टे का कारोबार कर रहे हैं। असी चक्कांगे तुहाडे हक दी आवाज़।